लो जी, तो नसर दे विच साडे कोल असीं तुहानूं दस्सिया सी कि इह जिहड़ा पहला सवाल है साडे कोल पंजाबी क्लासिकी शायरी दा, इहदे विच उहने तशरीह पुछणी है। तशरीह 30 नंबर दी उहने पुछणी है ते असीं सिर्फ तशरीह करनी है, लिहाजा सानूं इस सवाल दे उत्ते ज़्यादा सिर खपाउण दी लोड़ नहीं है। असीं इत्थे असली जदीद शायरी चों असीं अगले पेपर 2 दे विच असीं इह पढ़नियां ने दास्ताना, किस्सा हीर, सस्सी, सैफल मलूक साहिबां। असीं इहदे विच जिहड़े शेर याद कीते होणगे ना ਉਹ ਅਸੀਂ ਇਹਦੀ ਤਸ਼ਰੀਹ ਦੇ ਵਿੱਚ ਆਪੇ ਹੀ ਬਣਾ ਬਣੂ ਕੇ ਲਿਖ ਲਵਾਂਗੇ। ਲਿਹਾਜ਼ਾ ਇਸ ਸਵਾਲ ਨੂੰ ਤੁਸੀਂ ਕ੍ਰੀਏਟਿਵ ਰੱਖਣਾ, ਤੁਸੀਂ ਇਸ ਸਵਾਲ ਨੂੰ ਜਿੰਨਾ ਕ੍ਰੀਏਟਿਵ ਰੱਖੋਗੇ ਉਨੇ ਅੱਛੇ ਨੰਬਰ ਆਉਣਗੇ ਪਹਿਲੇ ਸਵਾਲ ਦੇ ਵਿੱਚ। ਇਸ ਤਰ੍ਹਾਂ ਜਿਹੜਾ ਸਾਡੇ ਕੋਲ ਚੌਥਾ ਪਾਰਟ ਹੈ ਜਿਹਨੂੰ ਅਸੀਂ ਕਹਿੰਦੇ ਜਦੀਦ ਨਸਰ, ਇਸ ਜਦੀਦ ਨਸਰ 'ਚ ਸਾਡੇ ਕੋਲ 2 ਡਰਾਮੇ ਨੇ, ਇੱਕ ਕਹਾਣੀ ਹੈ ਅਤੇ ਇੱਕ ਨਾਵਲ ਹੈ। ਅਤੇ ਪੇਪਰ ਦੇ ਵਿੱਚ ਇੱਕ ਡਰਾਮਾ ਲਾਜ਼ਮੀ ਆ ਜਾਣਾ, ਇੱਕ ਡਰਾਮਾ ਲਾਜ਼ਮੀ ਆ ਜਾਣਾ ਅਤੇ ਇੱਕ ਕਹਾਣੀ ਜਾਂ ਨਾਵਲ ਦੇ ਵਿੱਚੋਂ ਇੱਕ ਚੀਜ਼ ਆ ਜਾਣੀ ਹੈ। ਟੋਟਲ 3 ਚੀਜ਼ਾਂ ਆਉਣੀਆਂ ਨੇ। ਯਾਨੀ ਅਗਰ ਅਸੀਂ ਕੋਈ ਇੱਕ ਚੀਜ਼ ਨੂੰ ਚੋਇਸ 'ਤੇ ਛੱਡਣਾ ਚਾਹੀਏ ਤਾਂ ਛੱਡ ਸਕਦੇ ਹਾਂ। 4 ਸਵਾਲ ਨੇ ਟੋਟਲ, 4 'ਚੋਂ 3 ਪੇਪਰ 'ਚ ਆਉਣੇ ਨੇ, 2 ਹੱਲ ਕਰਨੇ ਨੇ। ਯਾਨੀ ਸਾਡੇ ਕੋਲ ਇੱਕ ਦੀ ਚੋਇਸ ਮੌਜੂਦ ਹੈ, ਸਾਡੇ ਕੋਲ ਇੱਕ ਦੀ ਚੋਇਸ ਮੌਜੂਦ ਹੈ। ਲਿਹਾਜ਼ਾ ਜਿਹੜੇ ਸਾਡੇ ਕੋਲ 4 ਸਵਾਲ ਨੇ, ਇਹਨਾਂ 'ਚੋਂ ਤੁਸੀਂ ਕੋਈ 3 ਸਵਾਲ ਤਿਆਰ ਕਰ ਲਓ ਅੱਖਾਂ ਬੰਦ ਕਰਕੇ ਅਤੇ ਤੁਹਾਡਾ ਇਹ ਕੰਮ ਪੂਰਾ ਹੋ ਜਾਏਗਾ, ਤੁਹਾਡਾ ਇਹ ਕੰਮ ਪੂਰਾ ਹੋ ਜਾਏਗਾ। ਲਿਹਾਜ਼ਾ ਪਰੇਸ਼ਾਨ ਹੋਣ ਦੀ ਤੁਹਾਨੂੰ ਲੋੜ ਕੋਈ ਨਹੀਂ ਹੈ, ਸਿਰਫ 3 ਸਵਾਲ ਤਿਆਰ ਕਰਨੇ ਨੇ ਤੁਸੀਂ, ਕੋਈ ਵੀ 3 ਕਰ ਲਓ। ਮੈਂ ਤੁਹਾਨੂੰ ਅੱਜ ਇੱਕ ਸਵਾਲ ਕਰਾਵਾਂਗਾ ਟਾਲੀ ਦੇ ਥੱਲੇ। ਇਹ ਡਰਾਮਾ ਲਿਖਿਆ ਬਾਬਾ ਸ਼ਫਾਕ ਅਹਿਮਦ ਨੇ, ਦੇਖੋ ਇਹ ਬੇਸਿਕਲੀ ਰੇਡੀਓ ਡਰਾਮਾ ਹੈ। ਰੇਡੀਓ ਡਰਾਮੇ ਜਿਹੜੇ ਹੁੰਦੇ ਨੇ ਇਹ ਕਿਵੇਂ ਰੇਡੀਓ ਡਰਾਮੇ ਹੁੰਦੇ ਸਨ, ਜਿਵੇਂ ਅੱਜ ਕੱਲ੍ਹ ਤੁਹਾਡਾ FM ਚੱਲਦਾ ਨਾ, ਉਹਦੇ ਵਿੱਚ ਕਾਰਜ ਆਉਂਦਾ ਤਾਂ ਬੋਲੀ ਜਾਂਦਾ, ਫਿਰ ਕਿਸੇ ਨੂੰ ਫੋਨ ਕਾਲ 'ਤੇ ਲੈ ਲੈਂਦਾ, ਕਦੀ ਕੋਈ ਸੂਤੀ ਪੈਗਾਮ ਹੁੰਦਾ ਯਾਨੀ ਕਿ ਆਵਾਜ਼ ਹੁੰਦੀ ਹੈ। ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਇਹਨਾਂ ਦਾ ਖਿਆਲ ਕਰਨਾ। ਅਤੇ ਜਦੋਂ ਅਸੀਂ ਇਸ ਸਵਾਲ ਨੂੰ ਹੱਲ ਕਰਨਾ, ਸਭ ਤੋਂ ਪਹਿਲੇ ਯਾਰ ਦਰਵਾਜ਼ਾ ਬੰਦ ਕਰ ਲਓ, ਸ਼ੋਰ ਹੈ। ਅਸੀਂ ਡਾਇਰੈਕਟ ਡਰਾਮੇ ਦੀ ਸਿੰਫ 'ਤੇ ਆਉਂਦੇ ਹਾਂ। ਕਹਿੰਦਾ ਜੀ, ਡਰਾਮਾ ਇੱਕ ਯੂਨਾਨੀ ਲਫ਼ਜ਼ ਹੈ, ਡਰਾਓ ਤੋਂ ਨਿਕਲਿਆ, ਡਰਾ DRAW ਡਰਾ ਜਿਵੇਂ ਤੁਸੀਂ ਕਹਿੰਦੇ ਹੋ, ਇਹ ਉਹੋ ਜਿਹੇ ਕਿਸੇ ਲਫ਼ਜ਼ ਤੋਂ ਨਿਕਲਿਆ ਜਿਹਦਾ ਮਤਲਬ ਕੁਛ ਕਰਕੇ ਵਿਖਾਉਣਾ, ਕੁਛ ਕਰਕੇ ਵਿਖਾਉਣਾ। ਲਿਟਰੇਚਰ ਦੇ ਵਿੱਚ ਡਰਾਮਾ ਉਸ ਕਹਾਣੀ ਨੂੰ ਆਖਿਆ ਜਾਂਦਾ ਹੈ, ਉਸ ਕਿੱਸੇ ਨੂੰ ਆਖਿਆ ਜਾਂਦਾ ਹੈ ਕਿ ਜਿਹੜਾ ਸਟੇਜ 'ਤੇ ਪਰਫੋਰਮ ਕੀਤਾ ਜਾਵੇ, ਜਿਹੜਾ ਸਟੇਜ 'ਤੇ ਪਰਫੋਰਮ ਕੀਤਾ ਜਾਵੇ। ਲੇਕਿਨ ਤੁਹਾਨੂੰ ਪਤਾ ਹੈ ਕਿ ਡਰਾਮਾ ਜਿਹੜਾ ਇਹ ਸ਼ੇਕਸਪੀਅਰ ਤੋਂ ਵੀ ਪਹਿਲੇ ਦੇ ਡਰਾਮੇ ਲਿਖੇ ਜਾਂਦੇ ਨੇ। ਸ਼ੇਕਸਪੀਅਰ ਅੰਗਰੇਜ਼ੀ ਦੇ ਵਿੱਚ ਡਰਾਮਾਟਿਸਟ, ਸਭ ਤੋਂ ਮਸ਼ਹੂਰ ਡਰਾਮਾਟਿਸਟ ਸ਼ੇਕਸਪੀਅਰ ਹੀ ਹੈ। ਡਰਾਮੇ ਦੀਆਂ ਜੋ ਮਰਜ਼ੀ ਤਰੀਫਾਂ ਨੇ, 1-2 ਤਰੀਫਾਂ ਯਾਦ ਕਰ ਲਓ, ਕਾਫੀ ਨੇ। ਫਿਰ ਜਨਾਬ ਮੁਸੰਨਫ ਦਾ ਤਾਰਫ ਆ ਜਾਂਦਾ ਜਿਹਨੇ ਲਿਖਿਆ ਹੈ। ਉਰਦੂ ਵਿੱਚ ਤੇ ਇਹਨਾਂ ਨੇ ਬੜੇ ਡਰਾਮੇ ਲਿਖੇ ਨੇ ਤੇ ਐਕਸੈਪਟੇਬਲ ਨੇ ਜਿਹੜੇ ਇਹਨਾਂ ਦੇ, ਯਾਨੀ ਕਿ ਬੜਾ ਮਸ਼ਹੂਰ ਹੈ ਨਾਂ ਇਹਨਾਂ ਦਾ। ਤੇ ਪੰਜਾਬੀ ਵਿੱਚ ਵੀ ਇਹਨਾਂ ਨੇ ਲਿਖਿਆ ਨੇ। ਅਸ਼ਫਾਕ ਸਾਹਿਬ 1925 'ਚ ਪੈਦਾ ਹੋਏ ਸਨ। MCQs ਤੁਹਾਨੂੰ ਪਤਾ ਨਾ, ਉਹ ਸ਼ਾਰਟ ਕੁਐਸਚਨ ਆਉਣੇ ਨੇ। ਜਿਹੜਾ ਵੀ ਤੁਹਾਡਾ ਰਾਈਟਰ ਹੈ, ਜਿਹੜੀ ਕਿਤਾਬ ਤੁਹਾਡੇ ਸਿਲੇਬਸ ਵਿੱਚ ਸ਼ਾਮਲ ਹੈ, ਉਹ ਕਦੋਂ ਪਬਲਿਸ਼ ਹੋਈ, ਉਹ ਰਾਈਟਰ ਜਿਹੜਾ ਕਦੋਂ ਪੈਦਾ ਹੋਇਆ, ਕਦੋਂ ਮਰਿਆ, ਕਿੱਥੇ ਦਫ਼ਨ ਹੈ, ਕਿੱਥੇ ਰਹਿੰਦਾ ਸੀ, ਅਗਰ ਉਹਨੂੰ ਕੋਈ ਅਵਾਰਡ ਮਿਲਿਆ ਤਾਂ ਕਿੱਥੇ ਮਿਲਿਆ, ਤੁਸੀਂ ਪੂਰੇ ਸਿਲੇਬਸ ਦਾ ਬਣਾਉਣਾ। ਆਪਣੇ ਕੋਲ ਪੁਆਇੰਟਸ ਬਣਾਉਣੇ ਨੇ, ਤੁਹਾਡੇ 10 ਦੇ ਵਿੱਚੋਂ 6-7 ਸਵਾਲ ਇਹਨਾਂ ਚੀਜ਼ਾਂ 'ਚੋਂ ਹੀ ਆਉਣੇ ਨੇ। ਇਹਨਾਂ ਦੇ ਅੱਬਾ ਜੀ ਵੀ ਮੇਰੇ ਤਰ੍ਹਾਂ ਡੰਗਰ ਡਾਕਟਰ ਸਨ। ਇਹਨਾਂ ਦੇ ਉਸਤਾਦ ਸੂਫ਼ੀ ਗੁਲਾਮ ਮੁਸਤਫਾ ਤਬੱਸਮ ਸਨ, ਉਹ ਜਿਹੜੇ ਇੱਕ ਲੜਕਾ ਟੂਠ ਬਟੂਠ ਨਜ਼ਮ ਲਿਖੀ ਨਾ ਜਿਹਨਾਂ ਨੇ, ਸੂਫ਼ੀ ਗੁਲਾਮ ਤਬੱਸਮ। ਇੱਕ ਦਿਨ ਉਸਕਾ ਜੀ ਲਲਚਾਇਆ, ਗਾਓਂ ਸੇ ਚੱਲ ਕਰ ਸ਼ਹਿਰ ਕੋ ਆਇਆ, ਬਚਪਨ 'ਚ ਪੜ੍ਹਦੇ ਹੁੰਦੇ ਸਨ। 1952 'ਚ ਇਟਲੀ ਚਲੇ ਗਏ, ਉਸ ਤੋਂ ਬਾਅਦ ਵਾਪਸ ਪਾਕਿਸਤਾਨ ਆ ਗਏ। ਮੁਖਤਲਿਫ ਕੰਮ ਕੀਤੇ ਇਹਨਾਂ ਨੇ, ਸਾਡੇ ਲਈ ਲੈਸ ਇੰਪੋਰਟੈਂਟ ਹੈ, ਅਸੀਂ ਵਾਪਸ ਆਉਂਦੇ ਹਾਂ ਟਾਲੀ ਦੇ ਥੱਲੇ।
ਪਹਿਲੀ ਜਿਸਲੇ ਡਰਾਮੇ ਬੇਸਿਕਲੀ ਕੋਈ ਵੀਡੀਓ ਡਰਾਮੇ ਨਹੀਂ ਸਨ, ਬਲਕਿ ਇਹ ਆਡੀਓ ਡਰਾਮੇ ਸਨ, ਯਾਨੀ ਰੇਡੀਆਈ ਡਰਾਮੇ ਸਨ। ਇਹਦੇ ਵਾਸਤੇ ਲਫ਼ਜ਼ ਰੇਡੀਆਈ ਡਰਾਮੇ ਇਸਤੇਮਾਲ ਕਰਾਂਗੇ ਅਸੀਂ। ਇਹਦੇ ਵਿੱਚ ਸਿਰਫ ਆਵਾਜ਼ਾਂ ਤੋਂ ਹੀ ਤੁਸੀਂ ਅੰਦਾਜ਼ਾ ਲਾਣਾ ਹੁੰਦਾ ਹੈ ਕਿ ਕਿਹੜਾ ਬੰਦਾ ਕੌਣ ਹੈ। ਦੋ ਕੇ ਡਰਾਮੇ ਦੇ ਸਟਾਰਟ ਤੇ ਤਾਰੁਫ ਹੁੰਦਾ, ਲੇਕਿਨ ਤੁਸੀਂ ਆਵਾਜ਼ਾਂ ਤੋਂ ਹੀ ਤਾਰੁਫ ਅੰਦਾਜ਼ਾ ਲਾਣਾ ਹੁੰਦਾ ਸੀ ਕਿ ਕਿਹੜਾ ਬੰਦਾ ਕੌਣ ਹੈ। ਫਿਰ ਇਸ ਡਰਾਮੇ ਦੇ ਵਿੱਚ ਨਾ ਜਦੋਂ ਅਸੀਂ ਵੀਡੀਓ ਡਰਾਮਾ ਦੇਖਨੇ ਆ ਤੇ ਸਾਡੇ ਵਾਸਤੇ ਬੜੀ ਆਸਾਨੀ ਹੁੰਦੀ ਹੈ। ਅਸੀਂ ਕੋਈ ਪੇਂਡੂ ਵਿਖਾਣਾ ਹੈ ਤੇ ਅਸੀਂ ਉਹਨੂੰ ਕੀ ਕਰਾਂਗੇ, ਧੋਤੀ ਬੰਨੀ ਹੋਈ, ਮੰਜਲੀ ਬੰਨੀ ਹੋਈ ਤੇ ਨਾਲ ਉਹਦੇ ਕੁੜਤਾ ਤਰੀਜ਼ਾਂ ਵਾਲਾ ਪਾ ਕੇ ਤੇ ਨਾਲ ਥੱਲੇ ਖੁੱਸਾ ਪਾ ਕੇ ਪੇਂਡੂ ਵਿਖਾ ਦੇਵਾਂਗੇ। ਲੇਕਿਨ ਤੁਸੀਂ ਜਦੋਂ ਡਰਾਮੇ ਦੇ ਵਿੱਚ, ਰੇਡੀਆਈ ਡਰਾਮੇ ਜਿਹਦੇ ਵਿੱਚ ਲੋਕਾਂ ਤੱਕ ਸਿਰਫ ਆਵਾਜ਼ ਜਾ ਰਹੀ ਹੈ, ਉਹਦੇ 'ਚ ਪੇਂਡੂ ਵਿਖਾਣਾ ਤੇ ਤੁਹਾਨੂੰ ਪੂਰੀ ਉਹਦੀ ਡਿਸਕ੍ਰਿਪਸ਼ਨ ਦੇਣੀ ਪੈਣੀ ਹੈ ਕਿ ਫਲਾਣਾ ਬੰਦਾ, ਫਿਰ ਉਹਦੇ ਬੋਲਣ ਦੇ ਅੰਦਾਜ਼ ਤੋਂ ਲੱਗਣਾ ਚਾਹੀਦਾ ਕਿ ਪੇਂਡੂ ਹੈ। ਲਿਹਾਜ਼ਾ ਰੇਡੀਆਈ ਡਰਾਮੇ ਜਿਹੜੇ ਸਨ ਇਹ ਵੀਡੀਓ ਡਰਾਮਿਆਂ ਨਾਲੋਂ ਮੁਸ਼ਕਲ ਸਨ, ਤੇ ਇਹਨਾਂ ਨੇ ਜਨਾਬ ਮੁਖਤਲਿਫ ਡਰਾਮੇ ਲਿਖੇ ਨੇ। ਪਹਿਲੀ ਗੱਲ ਕਹਿੰਦੇ ਨੇ ਅਸ਼ਫਾਕ ਅਹਿਮਦ ਖੁਦ ਕਿ ਡਰਾਮੇ ਪਲੋਟ ਦੇ ਡਰਾਮੇ ਨੇ, PLOT ਪਲੋਟ, ਇੱਕ DHE ਵਾਲਾ ਪਲਾਟ ਨਹੀਂ ਹੈ, PLOT ਪਲੋਟ। ਪਲੋਟ ਕਿਹਨੂੰ ਕਹਿੰਦੇ ਨੇ? ਪਲੋਟ ਪਲੋਟ ਕਹਿੰਦੇ ਨੇ ਬੇਸਿਕਲੀ ਇੱਕ ਬੈਕਗਰਾਉਂਡ ਕਹਾਣੀ ਜੀ ਕ੍ਰੀਏਟ ਕਰਨਾ ਕਿ ਜਿਹਦੇ ਵਿੱਚ ਇੱਕ ਸੁਣਨ ਵਾਲਾ, ਪੜ੍ਹਨ ਵਾਲਾ, ਵੇਖਣ ਵਾਲਾ ਖੁੱਭ ਜਾਵੇ। ਦੂਸਰੀ ਗੱਲ, ਇਹ ਡਰਾਮਿਆਂ ਦੇ ਵਿੱਚ ਕਰੈਕਟਰਸ ਨੇ ਮੁਖਤਲਿਫ, ਅੱਗੇ ਅਸੀਂ ਪੜ੍ਹਾਂਗੇ ਕਿਹੜੇ ਕਿਹੜੇ ਕਰੈਕਟਰ ਨੇ। ਉਹ ਕਰੈਕਟਰ ਕੁਛ ਪੇਂਡੂ ਨੇ, ਕੁਛ ਸ਼ਹਿਰੀ ਨੇ। ਅੱਛਾ, ਇਹ ਫਿਰ ਪੂਰੇ ਪੂਰੇ ਵੱਡੇ ਵੱਡੇ ਡਰਾਮੇ ਨੇ, ਛੋਟੀਆਂ ਛੋਟੀਆਂ ਡਰਾਮੀਆਂ ਨੇ। ਪੰਜਾਬੀ ਕਿੱਡੀ ਮਜ਼ੇਦਾਰ ਜ਼ੁਬਾਨ ਹੈ, ਛੋਟੀਆਂ ਛੋਟੀਆਂ ਡਰਾਮੀਆਂ ਨੇ। ਇਹ 6 ਡਰਾਮਿਆਂ ਦੇ ਵਿੱਚੋਂ ਜਿਹੜਾ ਪਹਿਲਾ ਡਰਾਮਾ ਹੈ। ਅੱਛਾ, ਇਹ ਸਾਰਿਆਂ ਨੂੰ ਟਾਹਲੀ ਦੇ ਥੱਲੇ ਦਾ ਨਾਂ ਕਿਉਂ ਹੈ ਕਿ ਇਹਨਾਂ ਦਾ ਜਿਹੜਾ ਸੈੱਟ ਹੈ ਉਹ ਕਿੱਥੇ ਵੇ? ਪਿੰਡ ਦੇ ਵਿੱਚ ਕੋਈ ਇੱਕ ਜਗ੍ਹਾ ਹੈ, ਇੱਕ ਟਾਹਲੀ ਹੈ, ਉਸ ਟਾਹਲੀ ਦੇ ਥੱਲੇ ਲੋਕੀ ਬਹਿੰਦੇ ਨੇ ਤੇ ਬਹਿ ਕੇ ਆਪਸ 'ਚ ਗੱਲਾਂ ਕਰਦੇ ਨੇ, ਉੱਥੇ ਲੋਕ ਵੀ ਆਉਂਦੇ ਜਾਂਦੇ ਨੇ। ਭਾਈ ਕੋਈ ਬੁਰੀ ਨਹੀਂ ਜ਼ਬਾਨ, ਕੋਈ ਜ਼ਬਾਨ ਬੁਰੀ ਨਹੀਂ ਹੁੰਦੀ, ਸਾਰੀਆਂ ਜ਼ਬਾਨਾਂ ਚੰਗੀਆਂ ਹੁੰਦੀਆਂ। ਇਸ ਡਰਾਮੇ ਦੇ ਮੁਖਤਲਿਫ ਕਰੈਕਟਰ ਨੇ ਜਿਹਦੇ ਵਿੱਚ ਸਾਡੇ ਕੋਲ ਪਹਿਲਾ ਕਰੈਕਟਰ ਹੈ ਮਹਿਰਾ, ਮਹਿਰਾ ਕੋਈ ਖਾਤੂਨ ਹੈ ਪਿੰਡ ਦੀ। ਦੂਸਰਾ ਕਰੈਕਟਰ ਹੈ ਕਰੀਮੂ। ਕਰੈਕਟਰ ਲਿਸਟ ਕਰ ਲਓ ਇੱਕ ਵਾਰੀ, ਫਿਰ ਮੈਂ ਤੁਹਾਨੂੰ ਸਟੋਰੀ ਸਮਝਾ ਦਿੰਦਾ। ਤੀਸਰਾ ਕਰੈਕਟਰ ਹੈ ਬਾਗੂ। ਚੌਥਾ ਕਰੈਕਟਰ ਹੈ ਨੂਰੀ। ਪੰਜਵਾਂ ਤੁਫੈਲ। ਛੇਵਾਂ ਸੂਬਾ, ਸੂਬੇ। ਸਿਕੰਦਰ, ਸਿਕੰਦਰ ਨੂੰ ਪੰਜਾਬੀ ਚ ਸਿਕੰਦਰ। ਸਟੋਰੀ ਕੀ ਹੈ ਜੀ? ਕੋਈ ਬੰਦਾ ਹੁੰਦਾ ਹੈ, ਉਹ ਮਹਿਰਾਂ ਤੇ ਕਰੀਮੂ ਨੂੰ ਇਹ ਦੱਸਦਾ ਕਿ ਜਨਾਬ ਤੁਹਾਡੇ ਪਿੰਡ ਦੀ ਇੱਕ ਕੁੜੀ ਹੈ ਜਿਹਦਾ ਨਾਂ ਜੇ ਨੂਰੀ, ਤੇ ਤੁਹਾਡੇ ਪਿੰਡ ਦਾ ਇੱਕ ਮੁੰਡਾ ਹੈ ਤੁਫੈਲ, ਇਹ ਦੋਵੇਂ ਆਪਸ 'ਚ ਪਿਆਰ ਕਰਦੇ ਨੇ। ਇਹ ਹੁਣ ਗੱਲ ਸੱਚ ਕੋਈ ਨਹੀਂ ਹੁੰਦੀ, ਇਹ ਗੱਲ ਉੱਥੇ ਟਾਹਲੀ ਦੇ ਥੱਲੇ। ਹੁਣ ਤੁਹਾਨੂੰ ਪਤਾ ਜਿਹੜੀ ਟਾਹਲੀ ਹੈ, ਜਿਹੜੀ ਉਹ ਚੁਪਾਲ ਬਣੀ ਹੋਈ ਹੈ, ਉਹ ਫਿਰ ਗੋਸਿਪਸ ਜਾਂ ਜਿਹਨੂੰ ਕਹਿ ਲਓ ਅਸੀਂ ਗੱਪਾਂ ਦੀ ਅਮਾਜਗਾ ਹੁੰਦੀ ਹੈ। ਉਹਨਾਂ ਤੇ ਇਲਜ਼ਾਮ ਲੱਗਦਾ ਜਦੋਂ ਨਾ, ਤੇ ਉਹਨਾਂ ਵਿਚਾਰੇ ਨੂੰ ਪਤਾ ਹੀ ਕੋਈ ਨਹੀਂ ਹੁੰਦਾ, ਐਵੇਂ ਕੋਈ ਬੰਦਾ ਨਾ ਹਵਾਈ ਛੱਡ ਦਿੰਦਾ। ਜਦੋਂ ਹਵਾਈ ਛੱਡਦਾ ਉਹ ਗੱਲਾਂ ਫੈਲਣੀਆਂ ਸ਼ੁਰੂ ਕਰ ਦਿੰਦੀਆਂ ਨੇ। ਜਦੋਂ ਗੱਲਾਂ ਫੈਲਦੀਆਂ ਨੇ, ਫੈਲਣ ਦੀ ਵਜ੍ਹਾ ਤੋਂ ਕੀ ਹੁੰਦਾ, ਉਹ ਆਪਸ 'ਚ ਇੱਕ ਦੂਸਰੇ ਨੂੰ ਮਿਲਦੇ ਨੇ, ਇੱਕ ਦੂਸਰੇ ਨਾਲ ਸ਼ਿਕਵਾ ਕਰਦੇ ਨੇ ਕਿ ਯਾਰ ਵੇਖੋ ਨਾ ਸਾਡੇ ਆਪਸ 'ਚ ਕੋਈ ਇਹੋ ਜਿਹੀ ਗੱਲ ਵੀ ਕੋਈ ਨਹੀਂ, ਤੇ ਪੂਰੇ ਪਿੰਡ 'ਚ ਧੁੰਮ ਵੀ ਪੈ ਗਈ ਹੈ। ਜਦੋਂ ਪੂਰੇ ਪਿੰਡ 'ਚ ਧੁੰਮ ਪੈ ਜਾਂਦੀ ਹੈ ਤੇ ਉਹ ਆਪਸ 'ਚ ਗਿਲੇ ਸ਼ਿਕਵੇ ਕਰਦੇ ਨੇ, ਤੇ ਇਸ ਦੌਰਾਨ ਉਹਨਾਂ ਨੂੰ ਸੱਚੀ ਮੁੱਚੀ ਪਿਆਰ ਹੋ ਜਾਂਦਾ। ਠੀਕ ਹੈ,
ਇਹ ਪਹਿਲੇ ਡਰਾਮੇ ਦੀ ਸਟੋਰੀ ਹੈ, ਇਹਦੇ ਵਿੱਚ ਤੁਸੀਂ ਕਰੈਕਟਰਸ ਦੇ ਨਾਂ ਯਾਦ ਕਰ ਲੈਣੇ ਨੇ, ਪਹਿਲੇ ਡਰਾਮੇ ਦੀ ਇੰਨੀ ਕੁ ਸਟੋਰੀ ਹੈ। ਟਾਲੀ ਦੇ ਥੱਲੇ ਦੇ ਵਿੱਚ ਇੱਕ ਕਾਮਨ ਜਗ੍ਹਾ, ਇਹਦੇ ਵਿੱਚ ਸਾਨੂੰ ਸਬਕ ਕੀ ਮਿਲਦਾ, ਸਾਨੂੰ ਸਬਕ ਇਹ ਮਿਲਦਾ ਮਸਲਨ ਇੱਕ ਪਿਆਰ ਦਾ ਦਰਸ ਮਿਲਦਾ ਕਿ ਇਨਸਾਨ ਨੂੰ ਮੁਹੱਬਤ ਕਰਨੀ ਚਾਹੀਦੀ ਹੈ, ਦੂਸਰਾ ਸੁਣੀ ਸੁਣਾਈ ਗੱਲ ਨੂੰ ਐਵੇਂ ਨਹੀਂ ਉਡਾ ਦੇਣਾ ਚਾਹੀਦਾ ਕਿਤੇ ਸੱਚੀ ਮੁੱਚੀ ਉਹ ਆਪਸ ਵਿੱਚ ਪਿਆਰ ਨਾ ਕਰਨ ਲੱਗ ਪੈਣ, ਹੈ ਮਤਲਬ ਸੁਣੀ ਸੁਣਾਈ ਗੱਲ ਦੀ ਨਿੰਦਿਆ। ਤੀਸਰਾ ਜਹਾਲਤ ਤੇ ਸਾਦਗੀ ਦੋਵੇਂ ਚੀਜ਼ਾਂ ਸ਼ਾਮਿਲ ਨੇ, ਜਿਹੜੇ ਪਿੰਡ ਦੇ ਸਾਦਾ ਲੋਕ ਨੇ ਉਹ ਲਾਜ਼ਮੀ ਨਹੀਂ ਨੇ ਕਿ ਜਾਣ ਬੁੱਝ ਕੇ ਕੋਈ ਅਫਵਾਹ ਉਡਾ ਰਹੇ ਹੋਣ, ਲੇਕਿਨ ਉਹ ਸਾਦਾ ਇਤਨੇ ਨੇ ਕਿ ਜਿਹਨੇ ਲਾਈ ਗੱਲੀ ਉਹਦੇ ਨਾਲ ਟੁਰ ਚੱਲੀ। ਇਹ ਲਿਖ ਲਓ ਆਪਣੇ ਕੋਲ, ਜਿਹਨੇ ਲਾਇਆ ਗੱਲੀ ਉਹਦੇ ਨਾਲ ਟੁਰ ਚੱਲੀ, ਲਾਈ ਲੱਗ ਲੋਕ ਨੇ, ਜਿਹਨੇ ਲਾਇਆ ਗੱਲੀ ਉਹਦੇ ਨਾਲ ਟੁਰ ਚੱਲੀ। ਫਿਰ ਇਹਦੇ ਵਿੱਚ ਕੈਦੋ ਕਰੈਕਟਰ ਵੀ ਹੈ ਸਿਕੰਦਰ, ਜਿਹੜਾ ਸਿਕੰਦਰ ਦਾ ਕੀ ਕੰਮ ਹੈ, ਉਹ ਆਪਣੇ ਆਪ ਨੂੰ ਪਿੰਡ ਦੀਆਂ ਇੱਜ਼ਤਾਂ ਦਾ ਚੌਕੀਦਾਰ ਸਮਝਦਾ। ਉਹ ਕਹਿੰਦਾ ਕਿ ਜੀ ਮੈਂ ਤੇ ਸਾਡੇ ਪਿੰਡ ਦੀ ਕੁੜੀ ਹੈ ਤੇ ਅਸੀਂ ਤੇ ਤੁਫੈਲ ਨੂੰ ਮਾਰ ਦਿਆਂਗੇ ਤੇ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਸਾਰੀ ਬਕਵਾਸ ਪਿੰਡਾਂ ਚ ਮੁਫ਼ਤ, ਸਾਡੇ ਪਿੰਡ ਦੀ ਕੁੜੀ ਜਿਹੜਾ ਨਾ, ਆਹੋ ਵਿਹਲੇ ਨੇ, ਪਿੰਡਾਂ ਦੇ ਲੋਕ ਵੈਸੇ ਹੀ ਵਿਹਲੇ ਹੁੰਦੇ ਨੇ। ਅੱਛਾ, ਬਾਬਾ ਇਸ਼ਫਾਕ ਨੇ ਵੀ ਤੇ ਇੱਕ ਦੋ ਹੋਰ ਕਹਾਣੀਆਂ 'ਚ ਵੀ ਇੰਜੀ ਹੈ, ਇਹਨੇ ਪਿੰਡਾਂ ਦੇ ਲੋਕਾਂ ਨੂੰ ਬੜਾ ਚੰਗਾ ਆਖਿਆ, ਹਾਲਾਂਕਿ ਜਿੰਨੇ ਬੁਰੇ ਪਿੰਡ ਦੇ ਲੋਕ ਹੁੰਦੇ ਨੇ ਸ਼ਹਿਰੀ ਨਹੀਂ ਹੁੰਦੇ ਵਿਚਾਰੇ, ਸ਼ਹਿਰੀ ਸਾਦਾ ਹੋ ਗਏ ਨੇ, ਪਿੰਡਾਂ ਵਾਲਿਆਂ ਨੇ ਨਾ ਕ੍ਰੋਧ, ਕ੍ਰੋਧ ਲਫ਼ਜ਼ ਲਿਖੋ ਇਹ ਤੁਸੀਂ ਨਾ ਕਿਸੇ ਹੈਡਿੰਗ ਦੇ ਵਿੱਚ ਐਡ ਕਰਨਾ, ਕ੍ਰੋਧ ਕਹਿੰਦੇ ਨੇ ਕਿਸੇ ਵੀ ਗੁੱਸੇ ਨੂੰ, ਕੀਨੇ ਨੂੰ ਕ੍ਰੋਧ ਕਹਿੰਦੇ ਨੇ, ਕੀਨਾ ਜਿਹੜਾ ਸੀ ਕਹਿੰਦੇ ਫਲਾਂ ਕੇ ਲਈ ਕੀਨਾ ਹੈ ਦਿਲ ਮੈਂ ਬੂਸ, ਉਹਦੇ ਵਾਸਤੇ ਗੀਬਤ ਨਹੀਂ ਕ੍ਰੋਧ ਕੀਨੇ ਨੂੰ ਕਹਿੰਦੇ ਨੇ, ਇਹ ਕ੍ਰੋਧ ਤੁਸੀਂ ਕਿਤੇ ਹੈਡਿੰਗ ਬਣਾ ਕੇ ਆਉਣੀ ਹੈ। ਅੱਜ ਕੱਲ੍ਹ ਦੇ ਪਿੰਡਾਂ ਦੇ ਲੋਕਾਂ 'ਚ ਕ੍ਰੋਧ ਹੀ ਬੜਾ, ਇੱਕ ਬੰਦਾ ਕਿਤੇ ਨਿਕਲ ਜਾਵੇ ਪਿੰਡ ਵਾਲੇ ਮੁਫ਼ਤ 'ਚ ਐਵੇਂ ਐਫ ਆਈ ਆਰ ਕਰਵਾ ਦਿੰਦੇ ਨੇ, ਕਿਸੇ ਨੇ ਘਰ ਚੰਗਾ ਬਣਾ ਲਿਆ ਤੇ ਜੀ ਇਹਦੀ ਅਸੀਂ ਨਾਲ ਹੀ ਨਹੀਂ ਦਿੰਦੇ ਨੀ, ਇੱਥੋਂ ਸੇਵਰੇਜ ਦਾ ਸਿਸਟਮ ਠੀਕ ਹੈ, ਸਾਡੇ ਬੰਨੇ ਤੋਂ ਕਿਉਂ ਤੋੜਨਾ, ਠੀਕ ਹੈ ਇਹਨੇ ਸਾਡੇ ਚਾਚੇ ਨੂੰ ਸਲਾਮ ਨਹੀਂ ਕੀਤਾ, ਇਸ ਗੱਲ ਦੇ ਉੱਤੇ ਲੜਾਈਆਂ, ਜਿੰਨਾ ਕੁ ਸਾਲ ਬਾਅਦ ਕਮਾਉਣਾ ਹੁੰਦਾ ਜਾ ਕੇ ਵਕੀਲਾਂ ਨੂੰ ਦੇ ਆਉਂਦੇ ਨੇ, ਪਾਣੀ ਦਾ ਵੀ ਰੌਲਾ। ਅੱਛਾ, ਪਹਿਲਾ ਡਰਾਮਾ ਇਹ ਸਾਦਗੀ ਤੋਂ ਮੁਤਲਕ ਹੈ, ਦੂਸਰਾ ਡਰਾਮਾ ਇਹ ਦੋ ਨਸ਼ਈਆਂ ਦੀ ਕਹਾਣੀ ਹੈ। ਨਸ਼ਈ ਕਿਹੜੇ ਨੇ, ਕਮਾਲਾ ਤੇ ਫਿਰੋਜ਼, ਇਹ ਹੁਣ ਦੋਵੇਂ ਚੂੰਕਿ ਅਫੀਮੀ ਨੇ ਉੱਤੋਂ ਪੇਂਡੂ ਨੇ, ਤੇ ਜਨਾਬ ਇਹਨਾਂ ਦੇ ਕੋਲ ਇੱਕ ਬੰਦਾ ਸ਼ਿਕਾਰੀ ਆਉਂਦਾ, ਉਹ ਸ਼ਿਕਾਰੀ ਦੀ ਬੰਦੂਕ ਵੇਖ ਕੇ ਨਾ ਤੇ ਉਹਦੇ ਉੱਤੇ ਹੁਣ ਰੋਹ ਪਾਉਣ ਲਈ ਕਹਿੰਦੇ ਨੇ, ਸ਼ਿਕਾਰ ਤੇ ਅਸੀਂ ਕੀਤਾ, ਅਸੀਂ ਸ਼ੇਰਾਂ ਦਾ ਸ਼ਿਕਾਰ ਕੀਤਾ, ਤੇ ਲੰਮੀਆਂ ਲੰਮੀਆਂ ਛੱਡਣ ਲੱਗ ਪੈਂਦੇ ਨੇ। ਜਦੋਂ ਲੰਮੀਆਂ ਲੰਮੀਆਂ ਛੱਡ ਰਹੇ ਹੁੰਦੇ ਨੇ ਦੋਵੇਂ, ਉੱਥੇ ਬਹਿ ਕੇ ਨਸ਼ਈ ਜਿਹੜੇ ਨੇ ਬੂਟੀ ਘੋਟ ਕੇ ਪੀਂਦੇ ਨੇ, ਤੇ ਉੱਤੋਂ ਜਿਹੜਾ ਨਾ ਨਵੇਂ ਤਿੰਨ ਕਰੈਕਟਰ ਹੋਰ ਨੇ ਉਹ ਆ ਜਾਂਦੇ ਨੇ। ਉਹ ਤਿੰਨ ਕਰੈਕਟਰ ਕਿਹੜੇ ਕਿਹੜੇ ਨੇ, ਨਹੀਂ ਸੋਰੀ, ਉਹਨਾਂ ਦੀ ਬੀਵੀਆਂ ਆ ਜਾਂਦੀਆਂ ਨੇ, ਨਸ਼ਈਆਂ ਦੀਆਂ ਬੀਵੀਆਂ, ਤੀਵੀਂ ਕਹਿੰਦੇ ਨੇ ਬੀਵੀ ਨੂੰ, ਤੀਵੀਂ ਬੀਵੀ ਦੀ ਜਗ੍ਹਾ ਬੇ ਦੀ ਜਗ੍ਹਾ ਤੇ ਕਰ ਲਓ ਤੀਵੀ ਪੰਜਾਬੀ ਚ। ਉਹ ਤੀਵੀ ਜਦੋਂ ਆਉਂਦੀ ਹੈ ਨਾ ਤੇ ਉਹ ਨੂਰਾਂ ਤੇ ਜੰਤੇ ਆਉਂਦੀਆਂ ਨੇ, ਤੇ ਉਹ ਸਮਝਦੀਆਂ ਨੇ ਕਿ ਸ਼ਿਕਾਰੀ ਜਿਹੜਾ ਹੈ ਇਹ ਕੀ ਕਰਦਾ, ਇਹਨਾਂ ਨੂੰ ਬੂਟੀ ਘੋਟ ਕੇ ਦਿੰਦਾ, ਉਹ ਫੜ ਕੇ ਸ਼ਿਕਾਰੀ ਨੂੰ ਚੰਗੇ ਲਾਫੇ ਮਾਰਦੀਆਂ ਨੇ, ਕੁੱਟਦੀਆਂ ਨੇ ਚੰਗਾ। ਉਹਦਾ ਸ਼ਿਕਾਰ ਵਾਲਾ ਥੈਲਾ ਵੀ ਖੋ ਲੈਂਦੀਆਂ ਨੇ। ਬੁੱਢੀਆਂ ਨੂੰ ਇਹ ਲੱਗਦਾ ਕਿ ਜਿਹੜਾ ਨਾ ਸਾਡੇ ਬੰਦੇ ਤੇ ਬੜੇ ਨੇਕ ਪਾਕਬਾਜ਼ ਨੇ, ਇਹਨਾਂ ਨੂੰ ਕੋਈ ਦੂਸਰਾ ਹੀ ਖਰਾਬ ਕਰਦਾ। ਇਹ ਦੂਸਰਾ ਡਰਾਮਾ। ਇਹਦੇ ਵਿੱਚ ਵੀ ਕੀ ਹੈ ਕਿ ਜਨਾਬ ਪਿੰਡ ਦੇ ਸਾਦਾ ਲੋਕ ਲੰਮੀਆਂ ਲੰਮੀਆਂ ਛੱਡਣ ਦੇ ਵਿੱਚ ਮਾਹਰ ਹੁੰਦੇ ਨੇ, ਗਲਤ ਫਹਿਮੀ ਦਾ ਇਹਦੇ ਵਿੱਚ ਆਵੇ ਕਿ ਬੀਵੀਆਂ ਨੂੰ ਗਲਤ ਫਹਿਮੀ ਹੋ ਜਾਂਦੀ ਹੈ, ਠੀਕ ਹੈ। ਫਿਰ ਅਖਲਾਕੀ ਬੁਰਾਈ ਹੈ ਨਸ਼ਾ ਕਰਨਾ, ਇਹਦੇ ਬਾਰੇ ਚ ਜਿਹੜਾ ਨਾ ਉਹ
ਦੱਸਿਆ ਗਿਆ ਕਿ ਤੁਹਾਡੇ 'ਚ ਇਹ ਹੋਵੇ ਤੇ ਇੰਜ ਹੋ ਜਾਂਦਾ। ਫਿਰ ਇਹ ਵੀ ਕਿ ਅਗਰ ਤੁਸੀਂ ਨਸ਼ਾ ਕਰੋਗੇ, ਆਮ ਤੌਰ ਤੇ ਪਿੰਡਾਂ ਦੇ ਵਿੱਚ ਇਹੀ ਸਮਝਿਆ ਜਾਂਦਾ ਕਿ ਬੰਦਾ ਡਾਢਾ ਹੈ ਤੇ ਬੁੱਢੀ ਵਿਚਾਰੀ ਕਮਜ਼ੋਰ ਹੈ, ਤੇ ਨਸ਼ਾ ਕਰੋਗੇ ਤੇ ਬੁੱਢੀ ਤਾਕਤਵਰ ਹੋ ਜਾਏਗੀ, ਤੁਹਾਨੂੰ ਉਹਨੂੰ ਵੇਖ ਕੇ ਦੌੜਨਾ ਪਏਗਾ। ਇਹ ਵੀ ਇਹਦੇ ਵਿੱਚ ਯਾਨੀ ਪੁਆਇੰਟ ਸਾਨੂੰ ਮਿਲਦੇ ਨੇ। ਪਹਿਲੀ ਕਹਾਣੀ ਕਿਸ ਚੀਜ਼ ਤੇ ਬੇਸ ਕਰਦੀ ਹੈ, ਪਹਿਲਾ ਡਰਾਮਾ ਕਿਸ ਚੀਜ਼ ਤੇ ਬੇਸ ਕਰਦਾ ਸੀ? ਪਿਆਰ ਮੁਹੱਬਤ ਤੇ ਅਫਵਾਹਾਂ ਉੱਤੇ। ਦੂਸਰਾ ਡਰਾਮਾ ਬੇਸ ਕਰਦਾ ਗਲਤ ਫਹਿਮੀ ਉੱਤੇ। ਤੀਸਰਾ ਡਰਾਮਾ ਲਾਲਚ ਤੇ ਬੇਸ ਕਰਦਾ। ਇਹਦਾ ਮੇਨ ਕਰੈਕਟਰ ਦਿੱਤਾ ਤੇ ਹੀਰੋਇਨ ਇਸ ਡਰਾਮੇ ਦੀ ਸੂਬਾ ਦਿੱਤਾ, ਮੇਨ ਹੀਰੋਏ ਤੇ ਸੂਬਾ ਇਹਦੀ ਕੀ ਹੈ, ਹੀਰੋਇਨ ਹੈ। ਹਾਂਜੀ, ਸੂਬਾ ਖਾਤੂਨ ਦਾ ਨਾਂ ਹੈ, ਦਿੱਤਾ ਬੰਦੇ ਦਾ ਨਾਂ ਹੈ। ਦਿੱਤੇ ਦਾ ਪਿਓ ਮਰ ਜਾਂਦਾ, ਦਿੱਤੇ ਦੀ ਮੰਗੇਤਰ ਹੁੰਦੀ ਹੈ ਸੂਬਾ। ਤੇ ਪਿੰਡ ਦੀਆਂ ਦੋ, ਉਹਨਾਂ ਨੂੰ ਪਤਾ ਲੱਗਦਾ ਹੈ ਜੀ ਪਿਓ ਮਰਿਆ ਤੇ 1,000 ਰੁਪਇਆ ਛੱਡ ਗਿਆ ਆਪਣੀ ਵਿਰਾਸਤ। ਉਦੋਂ ਦਾ 1,000 ਵੀ ਇੰਜ ਹੀ ਸਮਝ ਲਓ ਜਿਵੇਂ ਹੁੰਦਾ ਕਰੋੜ ਹੈ, ਯਾਨੀ ਪਰਚੇਜ਼ਿੰਗ ਪਾਵਰ ਪੈਰਿਟੀ ਉਦੋਂ ਨਿਸਬਤਨ ਬਿਹਤਰ ਸੀ। ਤੇ ਪਿੰਡ ਦੀਆਂ ਦੋ ਖਵਾਤੀਨ ਹੁੰਦੀਆਂ ਨੇ, ਸ਼ਾਦੋ ਤੇ ਰਹਿਮ ਤੇ। ਇਹ ਲਾਲਚ ਦੀ ਕਹਾਣੀ ਹੈ ਨਾ, ਉਹ ਦੋਵੇਂ ਤਿਆਰ ਹੋ ਜਾਂਦੀਆਂ ਨੇ ਕਿ ਅਸੀਂ ਵਿਆਹ ਕਰ ਲੈਣੀਆਂ ਵਾ ਦਿੱਤੇ ਦੇ ਨਾਲ। ਉਹ ਦੋਵੇਂ ਕਸਮਾਂ ਖਾਂਦੀਆਂ ਨੇ ਕਿ ਅਸੀਂ ਤੇਰੇ ਨਾਲ ਵਿਆਹ ਕਰਨ ਨੂੰ ਤਿਆਰ ਹਾਂ। ਇਹ ਅਫਵਾਹ ਫੈਲੀ ਹੁੰਦੀ ਹੈ ਕਿ ਉਹ ਦਾਬਾ 1,000 ਰੁਪਇਆ ਛੱਡ ਕੇ ਮਰਿਆ। ਉਹ ਦੋਵੇਂ ਜਦੋਂ ਉਹਦੇ ਕੋਲ ਜਾਂਦੀਆਂ ਨੇ ਤੇ ਉਹ ਤੇ ਆਪਣੀ ਮੰਗੇਤਰ ਦਾ ਨਾਂ ਹੀ ਲੈਂਦਾ। ਉਹ ਜਦੋਂ ਆਪਣੀ ਮੰਗੇਤਰ ਦਾ ਨਾਂ ਲੈਂਦਾ, ਨਾਲੇ ਦੱਸਦਾ ਕਿ ਮੇਰਾ ਅੱਬਾ ਤਾਂ ਕੋਈ ਨੀ ਪੈਸੇ ਛੱਡ ਕੇ ਮਰਿਆ, ਤੇ ਉਹ ਹੀ ਖਵਾਤੀਨ ਜਿਹੜੀਆਂ ਉਹਦੇ ਤੇ ਸ਼ਦਾਈ ਹੋ ਗਈਆਂ ਸੀ, ਜਿਹੜੇ ਉਹਦੇ ਪਿੱਛੇ ਮਰਨ ਨੂੰ ਤਿਆਰ ਹੋ ਗਈਆਂ ਸੀ, ਉਹਨਾਂ ਦੀਆਂ ਅੱਖਾਂ ਮੱਥੇ ਤੇ ਆ ਜਾਂਦੀਆਂ ਨੇ। ਅੱਖਾਂ ਮੱਥੇ ਤੇ ਆਉਣਾ ਕੀ ਹੁੰਦਾ, ਤੇ ਬੇਦੀਦ ਹੋ ਜਾਣਾ। ਅੱਛਾ, ਬਦੀਦ ਜੇ ਤੁਸੀਂ ਪੰਜਾਬੀ ਚ ਲਿਖਾਂਗੇ ਨਾ, ਤੇ ਉਹ ਉਰਦੂ ਵਾਲਾ ਬਦੀਦ ਨਹੀਂ ਲਿਖਾਂਗੇ, ਅਸੀਂ ਡਾਇਰੈਕਟ ਬਦੀਦ ਲਿਖਾਂਗੇ। ਇੰਜ ਬਦੀਦ ਹੋ ਜਾਂਦੀ ਹੈ। ਤੀਸਰਾ ਡਰਾਮਾ ਆਏਗਾ। ਚੌਥੇ ਡਰਾਮੇ ਦੇ ਵਿੱਚ, ਅੱਛਾ ਪੁਰਾਣੇ ਰਾਈਟਰ ਜਿੰਨੇ ਵੀ ਸਨ ਨਾ, ਇਹ ਕਿਉਂਕਿ ਪਿੰਡਾਂ ਦੇ ਲੋਕ ਸਨ ਤੇ ਸ਼ਹਿਰਾਂ ਦੀ ਜਿਹੜੀ ਤੁਹਾਡੀ ਰਿਤਲ ਹੈ ਨਾ, ਜਿਹੜੀ ਸ਼ਹਿਰਾਂ ਦੀ ਸਕਾਫਤ ਹੈ, ਉਹਨੂੰ ਹਮੇਸ਼ਾ ਨੈਗੇਟਿਵਲੀ ਪੋਰਟਰੇ ਕਰਦੇ ਸਨ, ਉਹਨੂੰ ਹਮੇਸ਼ਾ ਮਨਫੀ ਅੰਦਾਜ਼ ਚ ਵਿਖਾਉਂਦੇ ਸਨ। ਚੌਥਾ ਡਰਾਮਾ ਜਿਹੜਾ, ਇਹ ਕੰਪੈਰੀਜ਼ਨ ਹੈ ਸ਼ਹਿਰੀ ਤੇ ਪਿੰਡਾਂ ਦੀ ਤਹਿਜ਼ੀਬ ਦਾ, ਰਿਤਲ ਦਾ। ਸਟੋਰੀ ਇਹ ਵੇ ਕਿ ਜਨਾਬ ਪੰਜ ਕਰੈਕਟਰ ਨੇ ਇਸ ਡਰਾਮੇ ਦੇ, ਰਜ਼ੀਆ, ਨਹੀਰ, ਜਮੀਲ, ਦਿੱਤਾ ਤੇ ਖੀਰਾ। ਹੁਣ ਰਜ਼ੀਆ ਤੇ ਨਹੀਦ ਦੋਵੇਂ ਆਪਣੇ ਭਰਾ ਜਮੀਲ ਦੇ ਨਾਲ ਪਿੰਡ ਵੇਖਣ ਆਉਂਦੀਆਂ ਨੇ। ਉੱਥੇ ਉਹਨਾਂ ਦੀ ਗੱਡੀ ਪੈਂਚਰ ਹੋ ਜਾਂਦੀ ਹੈ, ਕਾਰ, ਤੇ ਕਾਰ ਚੋਂ ਨਿਕਲ ਕੇ ਤੇ ਉਹ ਖੇਤਾਂ ਦੀ ਵਿੱਚ ਘੁੰਮਣ ਲੱਗ ਪੈਂਦੀਆਂ ਨੇ। ਪਿੰਡ ਦਾ ਨੰਬਰਦਾਰ ਉਹਨਾਂ ਨੂੰ ਅਜਨਬੀ ਮੁਸਾਫਰ ਸਮਝ ਕੇ ਉਹਨਾਂ ਵਾਸਤੇ ਆਪਣੀ ਪੱਗ ਲਾ ਕੇ ਵਿਛਾਉਂਦਾ ਕਿ ਤੁਸੀਂ ਇੱਥੇ ਬੈਠੋ, ਤੇ ਉਹ ਮੈਲੀ ਪੱਗ ਵੇਖ ਕੇ ਤੇ ਉਹਨੂੰ ਕੀ ਕਰਦੀਆਂ ਨੇ, ਨਹੀਂ ਬਹਿੰਦੀਆਂ ਬਲਕਿ ਉਹਨੂੰ ਗੱਲਾਂ ਸੁਣਾਉਂਦੀਆਂ ਨੇ। ਫਿਰ ਉਹ ਨੰਬਰਦਾਰ ਜੀ ਉਹਨਾਂ ਨੂੰ 2-2 ਰੁਪਈਏ, ਜਿਵੇਂ ਅੱਜ ਕੱਲ੍ਹ 2,000 ਦਿੰਦੇ ਨੇ, ਉਦੋਂ 2 ਰੁਪਈਏ ਦਿੰਦੇ ਸਨ ਬਾਬੇ ਵੱਡੇ, 2-2 ਰੁਪਈਏ ਦੇ ਨਾਲ ਚਾਦਰ ਦਿੰਦਾ ਕਿ ਤੁਸੀਂ ਸਾਡੀਆਂ ਧੀਆਂ ਹੋ,
ਉਹ ਨਹੀਂ ਲੈਂਦੀਆਂ, ਬਲਕਿ ਉਲਟਾ ਚਾਰਾਂ ਨੇ ਮਜ਼ਦੂਰੀ ਜਿਹੜੀ ਹੈ ਨਾ ਉਹ ਹਵਾ ਭਰਨ ਦੀ, ਤੇ ਸਾਡੇ ਗੱਡੀ ਦੇ ਟਾਇਰ 'ਚ ਹਵਾ ਭਰੀ ਹੈ ਤੇ ਉਹ ਦੇ ਕੇ ਟੁਰ ਜਾਂਦੀਆਂ ਨੇ। ਇਹ ਸਾਡਾ ਚੌਥਾ ਡਰਾਮਾ। ਇਹਦੇ ਵਿੱਚ ਕੀ ਕੀਤਾ ਗਿਆ, ਸ਼ਹਿਰੀਆਂ ਨੂੰ ਨੀਵਾਂ ਵਿਖਾਇਆ ਗਿਆ ਤੇ ਪੇਂਡੂਆਂ ਨੂੰ ਸਾਦਾ ਤੇ ਅੱਛਾ ਵਿਖਾਇਆ ਗਿਆ। ਪਿਛਲੇ ਤਿੰਨ ਡਰਾਮਿਆਂ 'ਚ ਕਿਹੜੇ ਸ਼ਹਿਰੀ ਸਨ? ਪਿਛਲੇ ਤਿੰਨ ਡਰਾਮਿਆਂ ਦੇ ਵਿੱਚ ਇੱਕ 'ਚ ਗਲਤ ਫਹਿਮੀ, ਦੂਸਰੇ 'ਚ ਇੱਕ 'ਚ ਲਾਲਚ, ਤੇ ਇੱਕ ਦੇ ਵਿੱਚ ਉਹ ਜਿਹੜਾ ਨਾ ਉਹ ਜਿਹੜੀ ਬੂਟੀ ਏ ਉਹ ਪੀਂਦੇ ਨੇ। ਇਹ ਵੀ ਸ਼ਹਿਰਾਂ ਵਾਲਿਆਂ ਨੇ ਜਾ ਕੇ ਪਿਆਈਆਂ ਸੀ ਉਹਨਾਂ ਨੂੰ, ਲੇਕਿਨ ਸ਼ਹਿਰਾਂ ਵਾਲਿਆਂ ਨੂੰ ਮੁਫ਼ਤ ਦੇ ਵਿੱਚ ਰਗੜਾ ਲਾਉਣ ਵਾਸਤੇ। ਤੇ ਬਾਬਿਆਂ ਨੇ ਕੀ ਕੀਤਾ ਹੁੰਦਾ, ਆਪਣੇ ਕੋਲ ਕਹਾਣੀਆਂ ਘੜੀਆਂ ਹੁੰਦੀਆਂ ਨੇ, ਹਾਂ ਅਗਰ ਡਾਇਲੋਗ ਲਿਖੋ ਤੇ ਅੱਛੀ ਗੱਲ ਹੈ। ਪੰਜਵਾਂ ਡਰਾਮਾ, ਪੰਜਵਾਂ ਡਰਾਮਾ ਤੁਸੀਂ ਵੇਖੋ ਲੜਾਈ ਕਿਸ ਗੱਲ ਤੇ ਹੁੰਦੀ ਹੈ ਕਿ ਖਾਤੂਨ ਜਿਹੜੀ ਹੈ ਬੁੱਢੀ, ਉਹਦਾ ਨਾਂ ਹੈ ਨੂਰਾ, ਉਹਦਾ ਬੰਦਾ ਉਹਦੇ ਨਾਲ ਇਸ ਗੱਲ ਤੇ ਲੜ ਪੈਂਦਾ ਹੈ ਕਿ ਤੂੰ ਸਾਲਨ ਪਹਿਲੇ ਆਪਣੇ ਪੁੱਤਰ ਨੂੰ ਕਿਉਂ ਦਿੱਤਾ, ਮੈਨੂੰ ਕਿਉਂ ਨਹੀਂ ਦਿੱਤਾ, ਇਸ ਗੱਲ ਤੇ ਲੜ ਪੈਂਦਾ। ਤੇ ਨਾਲ ਹੀ ਕਹਿੰਦਾ ਕਿ ਮੈਂ ਇੱਥੋਂ ਇਹ ਘਰ 'ਚ ਮੈਂ ਰਹਿਣਾ ਹੀ ਨਹੀਂ, ਮੈਂ ਜੰਗਲਾਂ 'ਚ ਨਿਕਲ ਜਾਣਾ ਹੈ, ਉੱਥੇ ਫਕੀਰ ਬਣ ਕੇ ਰਹਿਣਾ ਹੈ ਤੇ ਆਪੇ ਮੈਨੂੰ ਗਿੱਦੜ ਖਾ ਜਾਣਗੇ। ਜਦੋਂ ਇਹ ਗੱਲ ਕਰਦਾ ਤੇ ਰੁੱਸ ਕੇ ਫਿਰ ਆ ਕੇ ਟਾਹਲੀ ਥੱਲੇ ਬਹਿ ਜਾਂਦਾ। ਟਾਹਲੀ ਥੱਲੇ ਬਹਿੰਦਾ ਹੈ ਤੇ ਫਿਰ ਉਹਦੀ ਬੀਵੀ ਆਉਂਦੀ ਹੈ, ਉਹਨੂੰ ਮਨਾ ਕੇ ਲੈ ਜਾਂਦੀ ਹੈ। ਇਹ ਡਰਾਮਾ ਦੱਸਦਾ ਹੈ ਕਿ ਇਨਸਾਨ ਦੀ ਜਿਵੇਂ ਜਿਵੇਂ ਉਮਰ ਢਲਦੀ ਹੈ ਤੇ ਉਹਦਾ ਮਿਜ਼ਾਜ ਬੱਚਿਆਂ ਤਰ੍ਹਾਂ ਹੋ ਜਾਂਦਾ। ਛੇਵਾਂ ਡਰਾਮਾ ਬੇਸਿਕਲੀ ਇਖਤਤਾਮ ਹੁੰਦਾ ਹੈ ਕਿਸ ਚੀਜ਼ ਦਾ, ਟਾਲੀ ਦਾ। ਇਹ ਟਾਲੀ ਜਿਹਦੇ ਥੱਲੇ ਸਾਰੇ ਇਹ ਡਰਾਮੇ ਲੱਗ ਰਹੇ ਸਨ, ਉਹਦਾ ਇਖਤਤਾਮ ਹੈ। ਮਹਿਕਮਾ ਜੰਗਲਾਤ ਇਹ ਕਹਿੰਦਾ ਕਿ ਟਾਲੀ ਜਿਹੜੀ ਹੈ ਫਸਲਾਂ ਵਾਸਤੇ ਨੁਕਸਾਨਦੇਹ ਵੇ, ਲਿਹਾਜ਼ਾ ਅਸੀਂ ਇਹਨੂੰ ਕੱਟਣਾ ਚਾਹੁੰਦੇ ਹਾਂ। ਇਹਦੇ ਵਿੱਚ ਪਿੰਡ ਦਾ ਇੱਕ ਬੰਦਾ ਹੁੰਦਾ ਜ਼ਾਬਤੇ ਖਾਨ, ਉਹ ਹੁਣ ਮਹਿਕਮੇ ਜੰਗਲਾਤ ਦੇ ਲੋਕਾਂ ਨਾਲ ਉਰਦੂ 'ਚ ਗੱਲ ਕਰਦਾ ਤੇ ਉਹਦੀ ਉਰਦੂ ਵੀ ਗੁਲਾਬੀ ਉਰਦੂ ਹੁੰਦੀ ਹੈ। ਜਦੋਂ ਜੰਗਲਾਤ ਵਾਲੇ ਨਹੀਂ ਆਉਂਦੇ, ਸਮਝ ਨਹੀਂ ਆਉਂਦੀ, ਤੇ ਪਿੰਡ ਦਾ ਚੌਧਰੀ ਗੁੱਸੇ 'ਚ ਆ ਕਹਿੰਦਾ ਮੇਰੀ ਬੁੱਢੀ ਅੱਜ ਹੀ ਮਰੀ ਏ ਤੇ ਮੈਂ ਆਈ ਟਾਲੀ ਵੱਢ ਹੀ ਦੇਣੀ ਹੈ, ਜਾਨ ਛੁੱਟੇ। ਇਹ ਤਾਂ ਨੇ ਸਟੋਰੀਆਂ, ਇਹਦੀਆਂ ਸਟੋਰੀਆਂ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਸਟੋਰੀਆਂ ਲਾਜ਼ਮੀ ਨਹੀਂ ਨੇ ਕਿ ਪੇਪਰ ਦੇ ਵਿੱਚ ਸਾਰੀਆਂ ਲਿਖ ਕੇ ਆਓ, ਇਹਦੇ ਉੱਤੇ ਵੀ ਵੇਰਵਾ ਹੀ ਉਹਨੇ ਪੁੱਛਣਾ ਹੈ, ਐਨਾਲਿਸਿਸ ਪੁੱਛਣਾ ਹੈ। ਤੇ ਐਨਾਲਿਸਿਸ ਕੀ ਹੈ, ਤੁਸੀਂ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਪੜ੍ਹੀਆਂ ਨੇ ਉਹ ਸਾਰੀਆਂ ਲਿਖ ਦੇਣੀਆਂ ਨੇ, ਮਾਹੌਲ ਤੇ ਕਿਰਦਾਰ, ਪਿੰਡਾਂ ਦਾ ਕ੍ਰੋਧ, ਪਿੰਡਾਂ ਦੇ ਲੋਕਾਂ ਦੀ ਸਾਦਗੀ, ਸ਼ਹਿਰਾਂ ਦੇ ਲੋਕਾਂ ਦਾ ਮਕਰ, ਸ਼ਹਿਰਾਂ ਦੇ ਲੋਕਾਂ ਦੀ ਗਰੂਰ ਭਰੀ ਜਿਹੜਾ ਨਾ ਉਹ ਸਾਰਾ ਕੁਛ, ਟਾਲੀ ਦੀ ਅਲਾਮਤ, ਪਿੰਡਾਂ ਦੀ ਸਕਾਫਤ, ਗੱਡੀਆਂ ਦਾ ਜ਼ਿਕਰ, ਉਹਦੇ ਵਿੱਚ ਕਾਰ ਦਾ ਜ਼ਿਕਰ ਵੀ ਹੋਇਆ, ਮਹਿਕਮੇ ਜੰਗਲਾਤ ਯਾਨੀ ਸਰਕਾਰੀ ਮਹਿਕਮਿਆਂ ਦਾ ਜ਼ਿਕਰ, ਜੋ ਜੋ ਤੁਹਾਡੇ ਜ਼ਿਹਨ 'ਚ ਇਹਦੇ ਵਿੱਚ ਆਉਂਦਾ ਜਾਂਦਾ ਤੁਸੀਂ ਹੈਡਿੰਗ ਬਣਾਉਂਦਿਆਂ ਜਾਣਾ। 15 ਨੰਬਰ ਦਾ ਸਵਾਲ ਆਉਣਾ, ਤੁਸੀਂ 27 ਮਿੰਟਾਂ 'ਚ ਹੱਲ ਕਰਨਾ, ਤੇ ਕੋਈ 20 ਦੇ ਕਰੀਬ ਹੈਡਿੰਗ ਤੁਸੀਂ ਰੱਟਾ ਮਾਰਿਆ ਹੋਏ, ਪੇਪਰ ਆਵੇ ਤੁਸੀਂ ਅੱਖਾਂ ਬੰਦ ਕਰਕੇ ਉਹ ਲਿਖ ਦੇਣੀਆਂ। ਸਮਝ ਆ ਗਈ ਹੈ? ਦਿਸ ਇਜ਼ ਹਾਓ ਆਰ ਕੁਐਸਚਨ ਆਫ ਡਰਾਮਾ ਇਜ਼ ਪ੍ਰੀਪੇਅਰਡ। ਤੁਸੀਂ ਬਾਕੀਆਂ ਦੇ ਵੀ ਇਸ ਤਰ੍ਹਾਂ ਹੀ ਆਪਣੇ ਬਣਾਉਣੇ। ਸਿਲੇਬਸ ਮੁੱਕ ਗਿਆ ਪੰਜਾਬੀ ਦੇ ਪੇਪਰ 1 ਦਾ। ਪਹਿਲਾ ਸਵਾਲ ਤੁਸੀਂ ਤਸ਼ਰੀਹ ਕਰਨੀ ਹੈ, ਤਸ਼ਰੀਹ ਦੇ ਵਿੱਚ ਜੋ ਦਿਲ 'ਚ ਆਉਂਦਾ ਜਾਂ ਲਿਖਦਿਆਂ ਜਾਣਾ, ਸਫ਼ੇ ਕਾਲੇ ਕਰਦਿਆਂ ਜਾਣਾ, ਤੁਹਾਡਾ ਚੰਗੇ ਨੰਬਰ ਆ ਜਾਣਗੇ। ਦੂਸਰਾ ਸਵਾਲ ਤੁਹਾਨੂੰ ਦੱਸਿਆ ਸੀ ਮੈਂ, ਅਸਰੀ ਜਦੀਦ ਸ਼ਾਇਰੀ ਹੈ, ਉਹਦੇ ਵਿੱਚ ਵੀ ਤੁਹਾਨੂੰ ਮੈਂ ਦੱਸ ਦਿੱਤਾ ਸੀ ਕਿਹੜੇ ਕਿਹੜੇ ਸਵਾਲ ਕਰਨੇ, ਜਗਰਾਤੇ, ਕੱਚੇ ਘੜੇ,
ਮੁਵਾਤੇ ਤੇ ਚਾਰ ਚੁੱਪ ਚੀਜ਼ਾਂ ਚਾਰ ਲਾਜ਼ਮੀ ਕਰਨੇ ਨੇ। ਫਿਰ ਕਦੀਮ ਨਸਰ ਵਿੱਚ ਮੁਵਾਇਜ਼ੇ ਨੋਸ਼ਾ ਗੰਜ ਬਖਸ਼ ਲਾਜ਼ਮੀ ਕਰਨਾ ਹੈ, ਪੱਕੀ ਰੋਟੀ ਵੀ ਕਰ ਲਿਓ ਜੇ ਨਾਲ, ਕਿਉਂਕਿ ਇਹਦੇ 'ਚ ਚੁਆਇਸ ਨਹੀਂ ਆਉਂਦੀ। ਫਿਰ ਜਦੀਦ ਨਸਰ, ਇਹਦੇ ਵਿੱਚ ਚਾਰ ਸਵਾਲ ਆਉਣੇ, ਚਾਰ ਚਾਰ ਸਵਾਲ ਟੋਟਲ ਨੇ, ਵਿੱਚੋਂ ਤਿੰਨ ਤੁਸੀਂ ਹੱਲ ਕਰਨੇ ਨੇ, ਤਿੰਨਾਂ ਵਿੱਚੋਂ ਦੋ ਪੇਪਰ, ਤਿੰਨ ਪੇਪਰ ਇਹ 'ਚ ਆਉਣੇ ਨੇ, ਉਹਦੇ ਵਿੱਚ ਦੋ ਤੁਸੀਂ ਹੱਲ ਕਰਨੇ ਨੇ, ਯਾਨੀ ਤੁਹਾਡੇ ਕੋਲ ਇੱਕ ਦੀ ਚੁਆਇਸ ਹੈ। ਇਹ ਸਾਡਾ ਪੇਪਰ ਵਨ ਖਤਮ ਹੋ ਗਿਆ। ਤੁਸੀਂ ਕੀ ਕਰਨਾ ਹੈ, ਪੇਪਰ ਨਹੀਂ ਇਹਦਾ ਹੱਲ ਕਰਨਾ, ਤੁਸੀਂ ਇਹਦਾ ਹੋਮਵਰਕ ਇਹ ਵੇ ਕਿ ਇਹ ਜਿਹੜੇ ਪਹਿਲੇ ਪੰਜ ਸ਼ਾਇਰ ਨੇ ਉੱਤੇ ਦਿੱਤੇ ਹੋਏ, ਬਾਬਾ ਫਰੀਦ, ਸ਼ਕਰਗੰਜ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ ਅਤੇ ਖਾਜਾ ਗੁਲਾਮ ਫਰੀਦ, ਇਹਨਾਂ ਦਾ ਸਿਰਫ ਤਾਰੁਫ ਤੁਸੀਂ ਤਿਆਰ ਕਰਨਾ, ਇਹਨਾਂ ਦੀ ਸ਼ਾਇਰੀ ਦੀਆਂ ਕਿਹੜੀਆਂ ਸਿਨਫਾਂ ਨੇ, ਇਹ ਤੁਸੀਂ ਇਹਨਾਂ ਪੰਜ ਸ਼ਾਇਰਾਂ ਦਾ ਤਿਆਰ ਕਰਨਾ, ਜਿਹੜਾ ਪਹਿਲਾ ਪੋਰਸ਼ਨ ਹੈ। ਦੂਸਰੇ ਪੋਰਸ਼ਨ 'ਚ ਤੁਹਾਨੂੰ ਮੈਂ ਦੱਸਿਆ ਸੀ ਕਿ ਸੱਤ ਸਵਾਲ ਨੇ, ਟੋਟਲ ਸਵਾਲ ਕਿੰਨੇ ਨੇ, ਸੱਤ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ, ਸੱਤ ਚੋਂ ਚਾਰ ਆਉਣੇ ਨੇ, ਤੁਸੀਂ ਦੋ ਹੱਲ ਕਰਨੇ ਨੇ, ਯਾਨੀ ਤੁਹਾਡੇ ਕੋਲ ਦੋ ਦੀ ਚੁਆਇਸ ਹੈ, ਕਮ ਅਜ਼ ਕਮ ਪੰਜ ਸਵਾਲ ਤੁਹਾਨੂੰ ਯਾਦ ਕਰਨੇ ਪੈਣੇ ਨੇ। ਪੰਜ ਮੈਂ ਕਿਹੜੇ ਕਿਹੜੇ ਕਹੇ ਨੇ, ਜਗਰਾਤੇ, ਚਾਰ ਚੁੱਪ ਚੀਜ਼ਾਂ, ਕੱਚੇ ਘੜੇ, ਮੁਵਾਤੇ ਤੇ ਇੱਕ ਆਪਣੀ ਮਰਜ਼ੀ ਦਾ ਵਿੱਚੋਂ ਕਰ ਲਓ, ਇਹ ਚਾਰ ਲਾਜ਼ਮੀ ਕਰਨੇ ਨੇ। ਫਿਰ ਕਦੀਮ ਨਸਰ ਇਹ, ਚੂੰਕਿ ਚੁਆਇਸ ਨਹੀਂ ਹੁੰਦੀ, ਦੋਵੇਂ ਕਰਨੇ ਪੈਣੇ ਨੇ ਤਿਆਰ, ਆਮ ਤੌਰ 'ਤੇ ਮੁਵਾਇਜ਼ੇ ਨੋਸ਼ਾ ਹੀ ਆਉਂਦਾ। ਫਿਰ ਜਦੀਦ ਨਸਰ ਦੇ ਵਿੱਚ ਤੁਹਾਨੂੰ ਦੱਸਿਆ ਕਿ ਚਾਰ ਸਵਾਲ ਨੇ, ਇੱਕ ਡਰਾਮਾ ਆਉਣਾ ਹੀ ਆਉਣਾ ਪੇਪਰ ਦੇ ਵਿੱਚ ਨਾ, ਦੋ ਡਰਾਮਿਆਂ ਵਿੱਚੋਂ, ਤੇ ਨਾਵਲ ਜਾਂ ਕਹਾਣੀ ਇਹ ਵੀ ਦੋਵੇਂ ਆ ਜਾਂਦੇ ਹੁੰਦੇ ਨੇ। ਨਾਵਲ ਯਾਦ ਕਰ ਲਓਗੇ ਤੁਸੀਂ, ਚਲੋ ਚਲੋ ਇੱਕ ਹੀ ਸਟੋਰੀ ਹੁੰਦੀ ਹੈ ਤੇ ਇੱਕ ਹੀ ਉਹਦਾ ਤੁਸੀਂ, ਤੁਹਾਡੇ ਕੋਲ ਹੋ ਜਾਏਗਾ, ਉਹਦੇ ਕਿਰਦਾਰਾਂ ਦੇ ਨਾਂ ਯਾਦ ਕਰਨੇ ਨੇ ਤੇ ਫਿਰ ਉਸ ਤੋਂ ਬਾਅਦ ਉਹਦਾ ਪਲੋਟ ਤੁਹਾਨੂੰ ਪਤਾ ਹੋਣਾ ਚਾਹੀਦਾ, ਫਿਰ ਉਹਦੀ ਤੁਸੀਂ ਖਸੂਸੀਆਤ ਲਿਖ ਦੇਣੀ ਹੈ, ਦੈਟਸ ਇਟ। ਇਸ ਤਰ੍ਹਾਂ ਹੀ ਕਹਾਣੀ ਹੈ, ਕਹਾਣੀ ਦੇ ਅੰਦਰ ਕਿਹੜੀਆਂ ਕਿਹੜੀਆਂ ਕਹਾਣੀਆਂ ਨੇ ਉਹਨਾਂ ਦੇ ਨਾਂ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਕਹਾਣੀਆਂ ਦੇ ਮੇਨ ਕਰੈਕਟਰ, ਤੇ ਉਸ ਤੋਂ ਬਾਅਦ ਕਹਾਣੀ ਨੇ ਵੇਸੀ ਦੇ ਉੱਤੇ ਤੁਸੀਂ ਫਨੀ ਤੇ ਫਿਕਰੀ ਵੈਰਵਾ ਕਰ ਦੇਣਾ, ਦੈਟਸ ਇਟ। ਟੋਟਲ ਇੰਨੀ ਕੋਈ ਗੱਲ ਹੈ, ਆ ਜਾਓ ਮੇਰੇ ਨਾਲ ਪੇਪਰ। ਅੱਛਾ, ਕਿਸੇ ਦਾ ਕੋਈ ਸਵਾਲ ਹੈ ਤੇ ਮੈਂ ਅਨਮਿਊਟ ਕਰਨਾ, ਕਰ ਲਓ, ਮੈਂ ਅਨਮਿਊਟ ਕਰ ਰਹਾ ਹੂੰ, ਸਵਾਲ ਕਰ ਲਓ। السلام علیکم سر وعلیکم السلام سر میرا کوسچن یہ ہے کہ جس طرح یہ ابھی آپ نے بتایا کہ جی ڈاری کے تھلے اسی طرح کالا پتن ہے اور ایک اور ڈراما جو ہے ٹاواں ٹاواں سر اس میں کرداروں کی ڈیٹیل بتائی ہوئی ہے ساروں کی سر وہ کافی لمبی چوڑی ڈیٹیل ہے تو ان میں سے ہم نے کردار کے حوالے سے کیا کیا چیز اٹھانی ہے جو ہم لکھ سکیں اس میں ਜਦੋਂ ਤੁਸੀਂ ਇਹ ਸਵਾਲ ਤਿਆਰ ਕਰੋਗੇ ਨਾ, ਕਦੀ ਕਦੀ ਉਹ ਤੁਹਾਨੂੰ ਨਾ ਜਾਣ ਬੁੱਝ ਕੇ ਤੰਗ ਕਰਨ ਲਈ ਪੇਪਰ 'ਚ ਕਹਿ ਦਿੰਦਾ ਕਿ ਮਨਸ਼ਾ ਯਾਦ ਦੇ ਟਾਵਾਂ ਟਾਵਾਂ ਤਾਰਾ ਦੇ ਵਿੱਚ ਤੁਸੀਂ ਕਿਰਦਾਰ ਨਿਗਾਰੀ ਤੇ ਬਹਿਸ ਕਰੋ, ਕਦੀ ਕਦੀ ਇੰਝ ਪੁੱਛ ਦਿੰਦਾ ਕਿਰਦਾਰ ਨਿਗਾਰੀ ਤੇ ਬਹਿਸ ਕਰੋ, ਫਿਰ ਤੁਸੀਂ ਉਹਦੇ ਕਰੈਕਟਰ ਲਿਸਟ ਕਰਨੇ ਨੇ ਪੇਪਰ ਦੇ ਵਿੱਚ, ਤੇ ਫਿਰ ਹਰ ਕਰੈਕਟਰ ਦੇ ਜਿਹੜੇ ਨਾ, ਯਾਨੀ ਉਹਦਾ ਕੀ ਰੋਲ ਹੈ, ਥੋੜਾ ਜਿਹਾ ਉਹਦੇ ਤੁਸੀਂ ਗੁਫ਼ਤਗੂ ਕਰਨੀ ਹੈ। ਉਸ ਤੋਂ ਬਾਅਦ ਕਿਰਦਾਰ ਨਿਗਾਰੀ ਦਾ ਤੁਸੀਂ ਵੈਰਵਾ ਕਰ ਦੇਣਾ ਕਿ ਕਿਰਦਾਰ ਜਿਹੜੇ ਨੇ ਉਹ ਆਪਣੇ ਗੁਫ਼ਤਗੂ ਨੂੰ ਅੱਛੇ ਤਰੀਕੇ ਨਾਲ ਅਦਾ ਕਰਦੇ ਨੇ, ਉਹਦੇ ਵਿੱਚ ਹਰ ਕਿਰਦਾਰ ਦੀ ਜਿਹੜੀ ਹੈਸੀਅਤ ਹੈ ਉਹ ਮੁਨਾਸਬ ਤਰੀਕੇ ਨਾਲ, ਯਾਨੀ ਉਹਦਾ ਵੈਰਵਾ ਕਰ ਦੇਣਾ ਬਾਅਦ 'ਚ। ਵੈਰਵੇ 'ਚ ਉਹੀ ਹੈਡਿੰਗਸ ਆਉਣੀਆਂ ਨੇ ਬਾਰ ਬਾਰ ਜਿਹੜੀਆਂ ਆਲਰੇਡੀ ਆਉਂਦੀਆਂ ਰਹੀਆਂ ਹਨ, ਲੇਕਿਨ ਜਦੋਂ ਕਿਰਦਾਰ ਨਿਗਾਰੀ ਕਹਿ ਦੇਵੇ ਤੇ ਫਿਰ ਤੁਹਾਨੂੰ ਨਾਂ ਪਤਾ ਹੋਣਾ ਚਾਹੀਦਾ ਕਿਰਦਾਰ ਕਿਹੜੇ ਕਿਹੜੇ ਨੇ, ਕਰੈਕਟਰ ਜਿਹੜਾ ਵਰਲਡ ਮੇ ਯੂਜ਼ ਕਰ ਰਿਹਾ ਸੀ, ਤੇ ਬਸ ਬਾਕੀ ਤੁਸੀਂ ਉਹੀ ਲਿਖਣਾ ਜੋ ਤੁਸੀਂ ਯਾਦ ਕੀਤਾ। ਹਾਂ, ਕਿਰਦਾਰਾਂ ਦੇ ਤੁਹਾਨੂੰ ਨਾਂ ਪਤਾ ਹੋਣੇ ਚਾਹੀਦੇ ਨੇ, ਕਿਹੜੀ ਕਹਾਣੀ ਦੇ ਵਿੱਚ, ਕਿਹੜੇ ਨਾਵਲ ਦੇ ਵਿੱਚ ਕਿਹੜੇ ਕਿਹੜੇ ਕਿਰਦਾਰ ਨੇ, ਉਹਨਾਂ ਦਾ ਕੀ ਰੋਲ ਰਿਹਾ। ਜਿਵੇਂ ਹੁਣ ਟਾਲੀ ਦੀ ਗੱਲ ਹੈ ਨਾ। ਵਾਲੇਕੁਮ ਸਲਾਮ ਸਰ, ਮੇਰਾ ਸਵਾਲ ਹੈ ਕਿ ਜਦੋਂ ਸ਼ਾਇਰੀ ਆਏਗੀ ਸੰਤ ਸ਼ੇਰ ਜਾਂ ਸ਼ਲੋਕ ਦਿੱਤਾ ਹੋਏਗਾ, ਅਸੀਂ ਉਹਨੂੰ ਪੜ੍ਹ ਕੇ ਕਿਵੇਂ ਅੰਦਾਜ਼ਾ ਲਾਵਾਂਗੇ ਕਿ ਇਹ ਕਿੰਦਾ ਸ਼ਲੋਕ ਹੈਗਾ। ਅੱਛਾ, ਤੁਹਾਨੂੰ ਮੈਂ ਦੱਸ ਦਿੰਦਾ ਵਾ, ਹਰ ਇੱਕ ਦੀ ਨਾ ਜਿਹੜੇ ਬਾਬੇ ਨੇ ਇਹਨਾਂ ਦੀ ਇੱਕ ਖਾਸ ਪਹਿਚਾਣ ਹੈ। ਜਿਹੜੇ ਸ਼ੇਰਾਂ ਦੇ ਵਿੱਚ ਚਰਖੇ ਦਾ, ਕੱਪੜੇ ਦਾ, ਧਾਗੇ ਦਾ ਜ਼ਿਕਰ ਹੋਏਗਾ ਨਾ, ਉਹ ਸ਼ਾਹ ਹੁਸੈਨ ਕਾਦਰੀ ਹੋਏਗਾ, ਕਿਉਂਕਿ ਇਹ ਜੁਲਾਏ ਸਨ ਤੇ ਇਹਨਾਂ ਦਾ ਕੰਮ ਕੀ ਸੀ, ਖਾਨਦਾਨੀ, ਇਹ ਕੱਪੜਿਆਂ ਛੱਪੜਿਆਂ ਦਾ ਕੰਮ ਕਰਦੇ ਸਨ। ਠੀਕ ਹੈ, ਇਹਨਾਂ ਦੀ ਪੂਰੀ ਜਿਹੜੀ ਨਾ ਚਰਖੇ ਦੀ ਤੇ ਕੱਪੜਾ ਕੱਤਣ ਦੀ ਅਲਾਮਤ ਨਗਾਰੀ, ਇਹਦੇ ਵਿੱਚ ਅਲਾਮਤੀ ਨਿਜ਼ਾਮ ਹੈ ਸ਼ਾਹ ਹੁਸੈਨ ਕਾਦਰੀ ਦਾ ਪੂਰਾ ਪੂਰਾ। ਜਿਹੜੇ ਸ਼ੇਰ ਦੇ ਐਂਡ 'ਚ ਹੂ ਆਏਗਾ, ਹਰ ਸ਼ੇਰ ਦੇ ਐਂਡ ਤੇ ਹੂ ਹੋਏਗਾ, ਉਹ ਸੁਲਤਾਨ ਬਾਹੂ ਹੋਏਗਾ।
ਜੀ ਸਰ ਸੁਲਤਾਨ ਬਾਹੂ ਹੈ ਜਿਹੜੇ ਜ਼ਰਾ ਆਸਾਨ ਸ਼ੇਰ ਹੋਣਗੇ ਉਹ ਬੁੱਲੇ ਸ਼ਾਹ ਦੇ ਹੋਣਗੇ ਜਿਹੜੇ ਜ਼ਰਾ ਆਸਾਨ ਸ਼ੇਰ ਹੋਣਗੇ ਤੇ ਜਿਹੜਾ ਜਿਹੜੇ ਪੜ੍ਹਨੇ ਸੌਖੇ ਨੇ ਸਰ ਜਿਹੜੇ ਪੜ੍ਹਨੇ ਸੌਖੇ ਹੋਣਗੇ ਜਿਹੜੇ ਜਿਹਦੇ ਵਿੱਚ ਸਰਾਇਕੀ ਟੱਚ ਹੋਏਗਾ ਉਹ ਗੁਲਾਮ ਫਰੀਦ ਦਾ ਹੋਏਗਾ ਤੇ ਜਿਹਦੇ ਵਿੱਚ ਪੁਰਾਣੇ ਅਲਫਾਜ਼ ਹੋਣਗੇ ਉਹ ਬਾਬਾ ਫਰੀਦ ਸ਼ਕਰਗੰਜ ਦੇ ਹੋਣਗੇ ਸਾਰਿਆਂ ਤੋਂ ਜਿਹੜਾ ਪੜ੍ਹਨ ਚ ਔਖਾ ਲੱਗੇਗਾ ਉਹ ਬਾਬਾ ਫਰੀਦ ਹੋਏਗਾ ਹਾਂਜੀ ਇਹ ਮੇਰਾ ਆਪਣਾ ਅੰਦਾਜ਼ਾ ਸੀ ਸਰ ਜੀ ਜਿਹੜਾ ਪੜ੍ਹਨ ਚ ਔਖਾ ਨਾ ਉਹ ਬਾਬਾ ਫਰੀਦ ਹੈ ਹਾਂਜੀ ਜਿਹਨੂੰ ਸਰਾਇਕੀ ਟੱਚ ਉਹ ਖਾਜਾ ਗੁਲਾਮ ਫਰੀਦ ਹੈ ਜਿਹੜੀ ਐਨਸ਼ੀਅੰਟ ਪੰਜਾਬੀ ਟੱਚ ਹੈ ਉਹ ਖਾਜਾ ਬਾਬਾ ਫਰੀਦੁਦੀਨ ਗੰਜਸ਼ਕਰ ਹੈ ਸ਼ਾਹ ਹੁਸੈਨ ਦੀ ਸ਼ੇਰਾਂ ਦੇ ਵਿੱਚ ਤੁਹਾਨੂੰ ਲਾਜ਼ਮੀ ਤੌਰ ਤੇ ਕੂਕ ਤੇ ਮਿਊਜ਼ੀਕਲ ਟਾਈਪ ਸ਼ੇਰ ਲੱਗਣਗੇ ਤੁਹਾਨੂੰ ਹੂ ਦਾ ਇਹਦੇ ਵਿੱਚ ਸੋਰੀ ਹੂ ਕਹਿ ਰਿਹਾ ਇਹਦੇ ਵਿੱਚ ਉਹਦਾ ਚਰਖੇ ਦਾ ਜ਼ਿਕਰ ਹੋਏਗਾ ਕੋਈ ਕਤਨ ਦਾ ਜ਼ਿਕਰ ਹੋਏਗਾ ਇਸ ਤਰ੍ਹਾਂ ਦੀ ਚੀਜ਼ਾਂ ਸੁਲਤਾਨ ਬਾਹੂ ਦੀ ਸ਼ਾਇਰੀ ਦੇ ਵਿੱਚ ਤੁਹਾਨੂੰ ਹੂ ਨਜ਼ਰ ਆਏਗਾ ਐਂਡ ਦੇ ਉੱਤੇ ਇਹਨਾਂ ਦੇ ਹਰ ਸ਼ੇਰ ਦੇ ਐਂਡ ਤੇ ਹੂ ਹੁੰਦਾ ਤੇ ਬੁੱਲੇ ਸ਼ਾਹ ਜਿਹੜੇ ਨੇ ਇਹ ਆਸਾਨ ਹੋਣਗੇ ਨੋਰਮਲ ਚੀਜ਼ਾਂ ਤੇ ਗੱਲ ਕਰਨਗੇ ਤੇ ਆਮ ਤੌਰ ਤੇ ਜਿਹੜੇ ਸ਼ੇਰ ਦਿੰਦੇ ਨੇ ਉਹਦੇ ਐਂਡ ਤੇ ਆਖਰੀ ਲਾਈਨ ਪੜ੍ਹ ਕੇ ਨਾ ਮੈਨੂੰ ਯਾਦ ਹੈ 2015 ਚ ਪੇਪਰ ਦੇਣ ਬੈਠੇ ਤੇ ਮੈਂ ਤੇ ਇੱਕ ਦੋਸਤ ਉਹ ਪੰਜਾਬੀ ਦਾ ਟੀਚਰ ਸੀ ਉੱਥੇ ਨੋਆ ਅਕੈਡਮੀ ਇਸਲਾਮਾਬਾਦ ਦੇ ਵਿੱਚ ਹੁਣ ਉਸ ਅਸੀਂ ਅੱਗੇ ਪਿੱਛੇ ਬੈਠੇ ਹੋਏ ਹਾਂ ਤੇ ਇੱਕ ਮੁੰਡਾ ਨਾ ਸਾਡੇ ਨਾਲ ਉਹ ਵੀ ਨੋਆ ਦਾ ਹੀ ਸੀ ਤੇ ਉਹ ਕੀ ਕਹਿੰਦਾ ਸਰ ਜੀ ਸ਼ਾਇਰ ਕਾ ਨਾਮ ਬਤਾਏ ਸ਼ਾਇਰ ਕਾ ਨਾਮ ਬਤਾਏ ਉਸਕੋ ਨਾ ਉਸ ਲੜਕੇ ਕੋ ਕਹਿੰਦਾ ਸਰ ਜੀ ਸ਼ਾਇਰ ਕਾ ਨਾਮ ਬਤਾਏ ਸ਼ਾਇਰ ਕਾ ਨਾਮ ਬਤਾਏ ਉਹਨੇ ਕਿਹਾ ਮਰੇ ਪੜ੍ਹਦੇ ਲੈ ਆਖਰੀ ਲਾਈਨ ਦੇ ਵਿੱਚ ਉਹਦਾ ਸ਼ਾਇਰ ਦਾ ਨਾਮ ਮੌਜੂਦ ਹੈ ਠੀਕ ਹੈ ਪੜ੍ਹਨਾ ਪੁੜਨਾ ਕੋ ਨਹੀਂ ਇਹ ਪਹਿਲਾਂ ਹੀ ਜਿਹੜਾ ਨਾ ਸਾਨੂੰ ਨਕਲ ਲੱਗ ਜਾਵੇ ਆਖਰੀ ਲਾਈਨ ਦੇ ਵਿੱਚ ਆਮ ਤੌਰ ਤੇ ਸ਼ਾਇਰ ਦਾ ਨਾਮ ਆਹੋ ਸ਼ੁਕਰੀਆ ਸਰ ਹੋਰ ਕੋਈ ਸਵਾਲ ਪੰਜਾਬੀ ਤੋਂ ਮਤਲਬ ਸਾਡਾ ਪੇਪਰ 1 ਖਤਮ ਹੋ ਗਿਆ ਪੰਜਾਬੀ ਦਾ ਤੁਸੀਂ ਪੇਪਰ 1 ਦੇ ਸਾਰੇ ਆਪਣੇ ਸ਼ਾਰਟ ਨੋਟਸ ਬਣਾ ਕੇ ਮੈਨੂੰ ਚੈੱਕ ਕਰਾਉਣੇ ਇੱਕ ਹੋਰ ਵੀ ਗੱਲ ਹੈ ਗੁਲਾਮ ਫਰੀਦ ਤੇ ਬਾਬਾ ਫਰੀਦ ਸ਼ਕਰਗੰਜ ਇਹਨਾਂ ਚ ਫਰਕ ਹੈ ਗੁਲਾਮ ਫਰੀਦ ਆਪਣੇ ਸ਼ੇਰ ਦੇ ਵਿੱਚ ਤਖੱਲੁਸ ਪੂਰਾ ਗੁਲਾਮ ਫਰੀਦ ਕਰਦੇ ਨੇ ਤੇ ਜਿਹੜੇ ਬਾਬਾ ਫਰੀਦ ਸ਼ਕਰਗੰਜ ਨੇ ਉਹ ਫਰੀਦਾ ਕਰਦੇ ਨੇ ਫਰੀਦਾ ਹੇ ਵਾਲਾ ਨੀ ਜਿਹੜਾ ਖਵਾਤੀਨ ਦਾ ਨਾਂ ਹੁੰਦਾ ਅਲੀ ਫਲਾ ਹੈ ਜਿਵੇਂ ਆਹ ਸ਼ੇਰ ਵੇਖੋ ਫਰੀਦਾ ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਔਰ ਨਹੀਂ ਬਈ ਪੰਜਾਬੀ ਬੁੱਕ ਕਮਰ ਹੁਸੈਨ ਕਾਦਰੀ ਦੀ ਹੈ ਹਾਂਜੀ ਪੰਜਾਬੀ ਦਾ ਕੋਈ ਸਵਾਲ ਹੈ ਪੇਪਰ 1 ਤੁਹਾਡਾ ਕੰਪਲੀਟ ਹੋ ਗਿਆ ਕੱਲ ਪਰਸੋਂ ਅਸੀਂ ਪੇਪਰ 2 ਕੰਪਲੀਟ ਕਰਕੇ ਤੇ ਇਦੋਂ ਪਹਿਲੇ ਤੁਹਾਡੀ ਪੰਜਾਬੀ ਖਤਮ ਈਦ ਦੀਆਂ ਛੁੱਟੀਆਂ ਦੇ ਵਿੱਚ ਨਾ ਅਸੀਂ ਇੱਕ ਦਿਨ ਮੈਂ ਘਰ ਹੀ ਹੋਣਾ ਲੇਕਿਨ ਇਹ ਕਿ ਆਨਲਾਈਨ ਬਾਕੀ ਦਾ ਤੁਸੀਂ ਵੀ ਆਨਲਾਈਨ ਆ ਜਾਓ ਅਸੀਂ ਇੱਕ ਦਿਨ 'ਚ ਪਬਲਿਕ ਐਡਮਿਨਿਸਟ੍ਰੇਸ਼ਨ ਖਤਮ ਕਰ ਦਿਆਂਗੇ ਕਿਉਂਕਿ ਥੋੜ੍ਹੇ ਲੋਕਾਂ ਦਾ ਤੇ ਉਹ ਫਿਰ ਬਾਕੀਆਂ ਦਾ ਟਾਈਮ ਜ਼ਾਇਆ ਨਾ ਹੋਵੇ ਤੇ ਈਦ ਤੋਂ ਤੀਸਰੇ ਦਿਨ ਨਾ ਸ਼ਾਇਦ ਕੋਈ 4-5 ਘੰਟੇ ਸੈਸ਼ਨ ਕਰਕੇ ਅਸੀਂ ਪੂਰੀ ਪਬਲਿਕ ਐਡ ਡਿਟੇਲਡ ਪੜ੍ਹ ਦਿਆਂਗੇ ਫਿਰ ਤੁਸੀਂ ਉਹਦੇ ਸਵਾਲ ਲਿਖ ਕੇ ਮੈਨੂੰ ਚੈੱਕ ਕਰਾਓਗੇ ਜਿਹਨਾਂ ਦੇ ਪਬਲਿਕ ਐਡ ਇਦੋਂ ਤੀਸਰੇ ਦਿਨ ਅਸਲਾਮੁਅਲੈਕੁਮ ਸਰ ਵਾਲੇਕੁਮ ਸਲਾਮ ਸਰ ਇਹ ਜੋ ਪੰਜਾਬੀ ਕੇ ਸ਼ੇਰ ਲਿਖਣੇ ਇਨਕੇ ਮਫਹੂਮ ਵੀ ਲਿਖਣੇ ਹੈ ਮਫਹੂਮ ਲਿਖਣ ਦੀ ਲੋੜ ਨਹੀਂ ਹੁੰਦੀ ਡਾਇਰੈਕਟ ਸ਼ੇਰ ਹੀ ਲਿਖ ਦੇਈਦਾ ਹਾਂ ਅਗਰ ਤੁਸੀਂ ਉਰਦੂ ਦਾ ਫਾਰਸੀ ਦਾ ਅਰਬੀ ਦਾ ਸ਼ੇਰ ਲਿਖਣਾ ਹੈ ਜਾਂ ਕੋਟੇਸ਼ਨ ਲਿਖਣੀ ਹੈ ਤੇ ਉਹਦਾ ਪੰਜਾਬੀ ਚ ਮਫਹੂਮ ਜ਼ਰੂਰ ਲਿਖਣਾ ਹੈ ਨਾਲ ਤੁਸੀਂ ਉਹਦੇ ਵਿੱਚੋਂ ਟੌਪਿਕਸ ਵੇਖ ਲਓ ਕਿਹੜੇ ਕਿਹੜੇ ਨੇ ਹੈਡਿੰਗਸ ਬਣਾ ਕੇ ਤਸ਼ਰੀਹ ਕਰਨ
पूरे शलूक की तशरीह होंगी इकट्ठी है, लेकिन ये तो जिन्या हैडिंग मैक्सिमम बना सकते हो बना लो। ओके सर, थैंक यू सर। यू आर वेलकम। शलूक शेर ही होंगे ऐसा शेर जिदे विच कोई नसीहत होवे उहनू शलूक कहीदा। जिहड़ा म्यूजिकल जिहा शेर होवे उहनू काफी कहीदा। शाह हुसैन दीआं इहदीआं काफियां ने, हक बहू दीआं काफियां ने, की नाम उहनां दा बाहू जिहड़े सन, ते बुल्ले शाह दीआं वी काफियां ने। इहनां च ना म्यूजिकल टच हुंदा। मेरे को तो नोट्स मेरे गुम गुम हो गए हैं, मैं तो पले वक्त से बनाया सा। सर अगर दो लहजे मिक्स हो जाए पंजाबी के फिर ये नहीं करना, कोशिश करो एक ही लहजे च लिखना।